ਗ੍ਰਾਮ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਕੋਲ ਤੇ ਪੁਲਵਾਮਾ ਦੇ ਸ਼ਹੀਦਾਂ ਤੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ 231 ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਬੋਪਰਾਏ ਤੋਂ ਮਸ਼ਾਲ ਅਤੇ ਕੈਂਡਲ ਮਾਰਚ ਕੱਢਿਆ ਗਿਆ ਜੋ ਪੂਰੇ ਪਿੰਡ 'ਚੋਂ ਹੁੰਦਾ ਹੋਇਆ ਗ੍ਰਾਮਾਂ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਗ੍ਰਾਮਾਂ ਦੇ ਮੁੱਖ ਚੌਂਕ 'ਚ ਸਮਾਪਤ ਹੋਇਆ ਇਸ ਕੈਂਡਲ ਮਾਰਚ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। इस मौके शिव तिवाड़ी परमजीत सिंह रंधावा परमजीत सिंह बोपाराय ने कहा कि 16 फरवरी नु छोटे राम जी का समागम मनाया जाएगा अते 18 फरवरी नु फ्लोर च रेला रोकियां जाणगियां। दिल्ली के अंदर जिहड़ा संयुक्त किसान मोर्चे का मोर्चा लगा आ उन्हां दा जो भी फैसला आउंदा उह असीं पंजाब के अंदर ते होर स्टेटां के अंदर भी लागू करते हैं। उस लड़ी वजों अज असीं पंजाब के अंदर वख-वख थावां ते जिहड़ा कैंडल मार्च करके जिहड़े पुलवामा के अंदर सैनिक साढ़े शहीद होए सी उन्हां नू याद करन लई उन्हां नू श्रद्धांजलि भेट करन लई ते नाल दी नाल जिहड़े किसान मोर्चे विच किसान शहीद होए आ उन्हां नू याद करन दे लई ते आम लोकां नू सुनेहा देण दे लई इह कैंडल मार्च जिहड़े कीते जा रहे आ। इस करके उस लड़ी वजों अज असीं बोपरां तों चल के ग्रां शहर दे विच इह मार्च जिहड़ा कर रहे आ ते नाल दी नाल लोकां नू सुनेहा दे रहे आ जिहड़े काले कानून आ उह इन्ने खतरनाक आ ਵੀ ਉਹ ਕੋਈ ਵੀ ਵਰਗ ਤੋਂ ਬਚ ਨਹੀਂ ਸਕਦਾ। ਇਸ ਕਰਕੇ ਸਾਰਿਆਂ ਨੂੰ ਸੁਨੇਹਾ ਵੀ ਲਾਉਂਦੇ ਆ ਵੀ ਆਓ ਇਕੱਠੇ ਹੋ ਕੇ ਉਸ ਮੋਰਚੇ ਦੀ ਹਮਾਇਤ ਕਰੀਏ ਤੇ ਕਾਲੇ ਕਾਨੂੰਨ ਵਾਪਸ ਕਰਾਈਏ ਤੇ ਫਿਰ ਹੀ ਸਾਡਾ ਉਹਦੇ ਵਿੱਚ ਭਲਾ ਆ। ਇਸ ਕਰਕੇ ਅਸੀਂ ਅੱਜ ਕੈਂਡਲ ਮਾਰਚ ਕੀਤਾ। 16 ਤਰੀਕ ਨੂੰ ਸਰ ਛੋਟੂ ਰਾਮ ਜਿਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਆਜ਼ਾਦੀ ਤੋਂ ਬਾਅਦ ਵੀ ਤੇ ਆਜ਼ਾਦੀ ਤੋਂ ਪਹਿਲਾਂ ਵੀ ਜ਼ਮੀਨੀ ਲੜਾਈ ਲੜੀ ਸੀ ਤਾਂ ਕਿ ਆਮ ਜਿਹੜੇ ਲੋਕ ਆ ਜਿਹੜੀ ਫਾਲਤੂ ਪਈ ਜ਼ਮੀਨ ਆ ਲੋਕਾਂ ਦੇ ਵਿੱਚ ਵੰਡੀ ਜਾਵੇ ਉਹਨਾਂ ਦਾ 16 ਤਰੀਕ ਨੂੰ ਜਿਹੜਾ ਅਸੀਂ ਦਿਨ ਮਨਾਵਾਂਗੇ ਤੇ 18 ਤਰੀਕ ਨੂੰ ਜਿਹੜੀਆਂ ਰੇਲਾਂ ਆ ਅਸੀਂ ਉਹ ਪੰਜਾਬ ਸੈਂਟਰ ਦੀ ਸਰਕਾਰ ਤੇ ਦਬਾਅ ਬਣਾਉਣ ਲਈ ਅਸੀਂ 4 ਘੰਟੇ ਲਈ ਰੇਲਾਂ ਰੋਕਾਂਗੇ ਤਾਂ ਕਿ ਸਰਕਾਰ ਜਿਹੜੀ ਆ ਅੱਜ ਕੰਨ ਬੋਲੇ ਕਰਕੇ ਬੈਠੀ ਆ ਸਰਕਾਰ ਦੀ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅਸੀਂ 18 ਤਰੀਕ ਨੂੰ ਜਿਹੜੀਆਂ ਰੇਲਾਂ ਰੋਕਾਂਗੇ। ਗ੍ਰੈਂਡ ਤੋਂ ਕਰਮਵੀਰ ਸਿੰਘ ਦੀ ਰਿਪੋਰਟ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ ਜਿਵੇਂ ਨਸਾਂ ਦੀ ਕਮਜ਼ੋਰੀ ਸੈਕਸ ਇੱਛਾ ਦੀ ਕਮੀ ਬਚਪਨ 'ਚ ਕੀਤੀਆਂ ਗਲਤੀਆਂ ਤਾਂਤ ਸ਼ਿਕਰ ਪਤਨ ਘੱਟ ਸ਼ਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਡਰ ਡਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144 6674, 98150 6674।